हाँ जी सत श्री अकाल जी सारिआं नूं पंजाबी नैट विच स्वागत है तुहाडा। ते अज असीं तुहानूं दस्सांगे कि सिद्धू मूसे वाले ने क्यों कहा सी कि मूसे वाला यतनाट 11 वर्गा कल्ला ही इंडस्ट्री नूं खिच्ची फिरदा है। मतलब कि अज असीं गल करन जा रहे हां HMT ट्रैक्टरां बारे। हाँ जी HMT दा पूरा नाम है हिंदुस्तान मशीन टूल्स। ये एक सरकारी कंपनी सी जो 1953 विच बनाई गई। जेकर असीं HMT ट्रैक्टरां दी गल करिए ਤਾਂ ਅਸੀਂ ਕਹਿ ਸਕਦੇ ਹਾਂ ਕਿ HMT ਅਤੇ ਜੀਟਰ ਦੋਨਾਂ ਕੰਪਨੀਆਂ ਨੇ ਜੁਆਇੰਟ ਪ੍ਰੋਜੈਕਟ ਕਰਕੇ ਬਹੁਤ ਸਾਰੇ ਟਰੈਕਟਰ ਬਣਾਏ। ਹਾਂਜੀ ਸਭ ਤੋਂ ਪਹਿਲਾਂ ਅਸੀਂ ਜੀਟਰ ਬਾਰੇ ਗੱਲ ਕਰਦੇ ਹਾਂ। ਜੀਟਰ ਇੱਕ ਯੂਰਪ ਦੀ ਕੰਪਨੀ ਹੈ। ਇਸ ਕੰਪਨੀ ਕਰਕੇ ਹੀ HMT ਵੀ ਇੰਨੀਆਂ ਬੁਲੰਦੀਆਂ ਨੂੰ ਛੂ ਸਕੀ ਹੈ। ਇਸ ਕੰਪਨੀ ਨੇ 1950 ਵਿੱਚ ਆਪਣਾ ਪਹਿਲਾ ਟਰੈਕਟਰ ਭਾਰਤ ਵਿੱਚ ਪੇਸ਼ ਕੀਤਾ ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਿਸ ਤੋਂ ਬਾਅਦ ਇਸ ਕੰਪਨੀ ਨੇ HMT ਨਾਲ ਜੁਆਇੰਟ ਪ੍ਰੋਜੈਕਟ ਕਰ ਲਿਆ ਅਤੇ ਹਰਿਆਣੇ ਦੇ ਪੰਜੌਰ ਵਿੱਚ ਟਰੈਕਟਰ ਬਣਨੇ ਸ਼ੁਰੂ ਹੋ ਗਏ। ਇਹ ਜੀਟਰ ਇੱਕ ਅਜਿਹੀ ਕੰਪਨੀ ਹੈ ਜੋ ਟਰੈਕਟਰਾਂ ਨੂੰ ਸੇਫਟੀ ਕੇਬਲ ਲਗਾਉਣ ਵਾਲੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਨੀ ਬਣੀ ਹੈ। ਅਤੇ ਜੇਕਰ ਅਸੀਂ HMT ਟਰੈਕਟਰਾਂ ਦੀ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ HMT ਅਤੇ ਜੀਟਰ ਦੋਨਾਂ ਕੰਪਨੀਆਂ ਨੇ ਜੁਆਇੰਟ ਪ੍ਰੋਜੈਕਟ ਕਰਕੇ ਸਭ ਤੋਂ ਪਹਿਲਾਂ 1971 ਵਿੱਚ 25-11 ਟਰੈਕਟਰ ਬਣਾ ਕੇ ਪੇਸ਼ ਕੀਤਾ ਅਤੇ ਇਸ ਤੋਂ ਬਾਅਦ ਇਹਨਾਂ ਕੰਪਨੀਆਂ ਨੇ 35-11 ਅਤੇ 57-11 ਨਾਂ ਦੇ ਟਰੈਕਟਰ ਬਣਾਏ। ਅਤੇ ਹੌਲੀ ਹੌਲੀ HMT ਦੀ ਮੰਗ ਵਧਣ 'ਤੇ 69-11 ਟਰੈਕਟਰ ਬਣਾ ਕੇ ਪੇਸ਼ ਕੀਤਾ ਗਿਆ। 69-11 ਟਰੈਕਟਰ ਨੂੰ ਕਿਸਾਨਾਂ ਨੇ ਬਹੁਤ ਹੀ ਪਸੰਦ ਕੀਤਾ। 69-11 ਟਰੈਕਟਰ ਖਿਚਾਈ ਲਈ ਬਹੁਤ ਹੀ ਵਧੀਆ ਟਰੈਕਟਰ ਹੈ ਅਤੇ ਇਸ ਟਰੈਕਟਰ ਦੀ ਇਸੇ ਖਾਸੀਅਤ ਕਾਰਨ ਸਿੱਧੂ ਮੂਸੇ ਵਾਲੇ ਨੇ ਕਿਹਾ HMT ਟਰੈਕਟਰਾਂ ਦੀ ਇੱਕ ਖਾਸੀਅਤ ਹੋਰ ਹੈ ਕਿ ਇਹ ਟਰੈਕਟਰ ਹੋਰ ਟਰੈਕਟਰਾਂ ਦੇ ਮੁਕਾਬਲੇ ਜ਼ਿਆਦਾ ਲੰਬੇ ਨੇ। 1990 ਤੋਂ ਬਾਅਦ HMT ਅਤੇ ਜੀਟਰ ਦੋਨਾਂ ਕੰਪਨੀਆਂ ਦਾ ਜੁਆਇੰਟ ਪ੍ਰੋਜੈਕਟ ਖਤਮ ਹੋਣ 'ਤੇ HMT ਆਪਣੇ ਨਾਂ 'ਤੇ ਟਰੈਕਟਰ ਬਣਾਉਣ ਲੱਗੀ। ਅਤੇ ਜੇਕਰ ਅਸੀਂ HMT ਦੀਆਂ ਘੜੀਆਂ ਦੀ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ HMT ਦੀਆਂ ਘੜੀਆਂ ਉਸ ਸਮੇਂ ਓਨੀਆਂ ਹੀ ਮਸ਼ਹੂਰ ਸੀ ਜਿੰਨੀਆਂ ਕਿ ਅੱਜ ਦੇ ਸਮੇਂ ਵਿੱਚ ਰੋਲੈਕਸ ਅਤੇ ਟਾਈਮੈਕਸ ਦੀਆਂ ਘੜੀਆਂ ਨੇ। ਅਤੇ HMT ਇੱਕ ਸਾਲ ਵਿੱਚ 18 ਲੱਖ ਘੜੀਆਂ ਬਣਾਉਣ ਦਾ ਰਿਕਾਰਡ ਵੀ ਪੈਦਾ ਕਰ ਚੁੱਕੀ ਹੈ। ਅਤੇ ਇੱਕ ਅਜਿਹਾ ਸਮਾਂ ਸੀ ਜਦੋਂ ਲੋਕ HMT ਕੰਪਨੀ ਵਿੱਚ ਕੰਮ ਕਰਨ ਲਈ ਹੋਰ ਕੰਪਨੀਆਂ ਵਿੱਚੋਂ ਕੰਮ ਛੱਡਣ ਲਈ ਵੀ ਤਿਆਰ ਸੀ। ਇਸ ਤੋਂ ਬਾਅਦ ਇਹ ਕੰਪਨੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦੀ ਗਈ ਕਿਉਂਕਿ ਇਸ ਕੰਪਨੀ ਕੋਲ ਪ੍ਰੋਜੈਕਟ ਆਉਣੇ ਘੱਟ ਹੋ ਗਏ। ਪ੍ਰੋਜੈਕਟ ਘਟਣ ਦਾ ਕਾਰਨ ਸੀ ਕਿ ਇਸ ਕੰਪਨੀ ਨੇ ਸਮੇਂ ਨਾਲ ਬਦਲਾਅ ਨਹੀਂ ਕੀਤਾ ਅਤੇ ਦੂਜਾ ਭਾਰਤ ਵਿੱਚ ਹੋਰ ਕਈ ਕੰਪਨੀਆਂ ਆ ਚੁੱਕੀਆਂ ਸੀ। ਅਤੇ 2001 ਵਿੱਚ ਇਹ ਕੰਪਨੀ ਕੇਂਦਰ ਦੇ ਆਉਣ ਵਾਲੇ ਪੈਕੇਜ ਤੱਕ ਹੀ ਸੀਮਿਤ ਰਹਿ ਗਈ ਅਤੇ ਦੁਨੀਆ ਵਿੱਚ ਕਈ ਮੁਲਕਾਂ ਨੂੰ ਟਰੈਕਟਰ ਐਕਸਪੋਰਟ ਕਰਨ ਵਾਲੀ HMT 2016 ਵਿੱਚ ਬੰਦ ਹੋ ਗਈ। ਬੇਸ਼ੱਕ ਅੱਜ ਇਹ ਬੰਦ ਹੋ ਚੁੱਕੀ ਹੈ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਕੰਪਨੀ ਕਿਸੇ ਸਮੇਂ ਦੀ ਮਸ਼ਹੂਰ ਕੰਪਨੀ ਸੀ। ਅਤੇ ਜੇਕਰ ਗੱਲ ਕਰੀਏ ਸਿੱਧੂ ਦੇ ਟਰੈਕਟਰ 69-11 ਦੀ ਤਾਂ ਉਸਦੀ ਹਾਈਪ ਇੰਨੀ ਹੋ ਚੁੱਕੀ ਹੈ ਕਿ ਹਰ ਪਾਸੇ 69-11 ਹੀ ਹੋਈ ਪਈ ਹੈ। ਅਤੇ ਹੋ ਸਕਦਾ ਹੈ ਕਿ ਸਿੱਧੂ ਕੱਲ੍ਹ ਨੂੰ HMT ਦੀ ਘੜੀ ਲਾ ਲਵੇ ਅਤੇ HMT ਦੀ ਘੜੀ ਦਾ ਦੌਰ ਵੀ ਮੁੜਾ ਜਾਵੇ ਕਿਉਂਕਿ ਸਿੱਧੂ ਕਹਿੰਦਾ ਹੈ ਬਿਜ਼ਨਸ ਮੈਨ ਨਹੀਂ ਮੈਂ ਬਿਜ਼ਨਸ ਆ। ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਪੰਜਾਬੀ ਨੈੱਟ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ।